ਅਸਲ ਮਾਂ ਪਿਓ ਸੱਸ ਸਹੁਰੇ ਹੀ ਹੁੰਦਾ। ਆਪਣਾ ਮਾਂ ਪਿਓ ਕੀ ਅੱਜ ਮਰਜ਼ੀ ਭਰ ਦੇ ਦੂਜਾ ਦਿਨ ਜਨਾਨੀਆਂ ਤੇ ਨੀ ਨਾ ਲੱਭਦੀਆਂ। ਸੁਲਾਹ ਕਰ ਲਾ, ਮੈਂ ਕਿਹਾ ਮੇਰਾ ਪਿਓ ਤੇ ਮੇਰੀ ਮਾਂ ਮੇਰੀ ਜਨਾਨੀ ਕੋ ਮਾਫ਼ੀ ਮੰਗਣ, ਮੈਂ ਘਰ ਆ ਜਾਂਦਾ, ਮੇਰੀ ਕਾਹਦੀ ਲੜਾਈ। ਛੋਟੇ ਭਰਾ ਨੇ ਐਸਾ ਮਾਰਿਆ, ਸਰ 3 ਦਿਨ ਹੋ ਗਏ ਮੇਰਾ ਅੰਦਰੋਂ ਦਿਲ ਰੋਂਦ, ਮੈਂ ਦਿਲ ਨਹੀਂ ਕਰਦੀ, ਮੈਂ ਰੋਟੀ ਖਾਂ। ਛੋਟੇ ਭਰਾ ਦਾ ਕੀ ਹੱਕ ਬਣਦਾ ਉਹਨੂੰ ਮਾਰਨ ਦਾ? ਜਨਾਨੀਆਂ ਕਿੱਥੋਂ ਲੱਭਦੀਆਂ ਨੇ? ਮਾਂ ਪਿਓ ਤਾਂ ਫਿਰ ਲੱਭ ਜਾਂਦੇ ਨੇ, ਦੋਵੇਂ ਜੀ ਤੋਂ ਮਾਫ਼ੀ ਮੰਗਣਗੇ ਤੇ ਘਰ ਜਾਣਾ। ਹੁਣ ਲੋਕਾਂ ਨੂੰ ਜਾ ਕਹਿੰਦੇ ਸਾਡੀ ਸੁਲਾਹ ਕਰਾਓ, ਮੈਂ ਪਾਗਲ ਹਾਂ ਜਨਾਨੀ ਨੂੰ ਮਾਰ ਪਵਾ ਕੇ ਤੇ ਹੁਣ ਸੁਲਾਹ ਕਰ ਲਾਂ? ਹਾਈ ਸਾਹਿਬ ਮੇਰੇ ਵਾਸਤੇ ਸਭ ਕੁਛ ਛੱਡ ਕੇ ਆਈਏ, ਮੈਂ ਹੁਣ ਉਹਦੇ ਉਹਨੂੰ ਦਲੀਲ ਕਰਵਾਵਾਂ? ਉਹ ਕਿਸੇ ਦੀ ਜੰਮੀ ਨਹੀਂ ਹੈ, ਮੇਰੀ ਵੱਡੀ ਭੈਣ ਲੜ ਕੇ ਆਈ 8 ਦਿਨ ਤੇ ਅੰਮਾ ਮੇਰੀ ਚੁੱਪ ਨਹੀਂ ਸੀ ਕਰਦੀ ਹੁੰਦੀ, ਮੇਰੀ ਧੀ ਘਰ ਆ ਗਈ, ਉਹ ਕਿਸੇ ਦੀ ਧੀ ਨਹੀਂ ਹੈ, ਇਹਨਾਂ ਦੀਆਂ ਬਹੁਤੀਆਂ ਲੱਗਦੀਆਂ ਨੇ। ਜਨਾਨੀਆਂ ਕਿੱਥੋਂ ਲੱਭਦੀਆਂ ਨੇ? ਮਾਂ ਪਿਓ ਤੇ ਹਜ਼ਾਰਾਂ ਲੱਭ ਜਾਂਦੇ ਨੇ। ਮਾਂ ਪਿਓ ਮਰ ਜਾਏ ਸਾਰਾ ਮਹੱਲਾ ਆ ਜਾਂਦਾ, ਪੁੱਤਰਾ ਤੇਰੇ ਵੱਡੇ ਵਡੇਰੇ ਨਾਰ ਹੋ। ਜਨਾਨੀ ਮਰ ਜਾਏ ਕੋਈ, ਜਨਾਨੀ ਆਉਂਦੀ ਹੈ ਮੈਂ ਤੇਰੀ ਜਨਾਨੀ ਨੂੰ ਚੁੱਪ ਕਰ, ਮਾਂ ਪਿਓ ਤੇ ਫਿਰ ਲੱਭ ਜਾਂਦਾ। ਔਰਤ ਜਿੰਨੇ ਗਦਰ ਨਹੀਂ ਨਾ ਕੀਤੀ ਜਲੀਲ ਹੀ ਹੋਏ। 5 ਲੱਖ ਦੀ ਕਮੇਟੀ ਨਿਕਲੀ, 4 ਮਹੀਨੇ ਉਹਨੂੰ ਮਰੀ ਰੱਖਿਆ, ਸਾਰੇ ਪੈਸੇ ਮੁੱਕ ਗਏ ਨੇ ਤੇ ਘਰ ਆ ਗਏ, ਅੱਬਾ ਮੇਰਾ ਗਾਲਾਂ ਕੱਢਣ ਲੱਗ ਪਿਆ। ਮੈਂ ਕਿਹਾ ਮੈਂ ਕਮਾਇਆ ਹੁੰਦਾ ਜਨਾਨੀ ਨੂੰ ਖੁਆਏ ਨੇ, ਕੀ ਹੋ ਗਿਆ? ਐਵੇਂ ਤੇ ਨੀ ਸਿਆਣੇ ਆਉਂਦੇ ਜਨਾਨੀ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਜਨਾਨੀ ਦੀਆਂ ਗਾਲਾਂ ਕਿੱਥੋਂ ਲੱਭਦੀਆਂ? ਅੱਬਾ ਮੇਰਾ ਆਉਂਦਾ 12 ਵਜੇ ਸੁੱਤੀ ਪਈ ਉੱਠਦੀ, ਤੇਰੀ ਜਨਾਨੀ ਕੰਮ ਕਰਵਾ ਦੇਖੋ। ਮੈਂ ਕਿਹਾ ਤੁਹਾਨੂੰ ਕਾਹਦੇ ਲਈ ਰੱਖਿਆ ਜੇ ਮੇਰੀ ਜਨਾਨੀ ਨੇ ਕੰਮ ਕਰਨੇ? ਹਾਂਜੀ ਸਾਹਿਬ, ਉਹਨੂੰ ਮੈਂ ਪੈਰ ਨਹੀਂ ਥੱਲੇ ਲਾਉਣ ਦਿੰਦਾ, ਬੱਚੇ ਆਪ ਸਕੂਲੇ ਛੱਡ ਕੇ ਉਹਨਾਂ ਤਿਆਰ ਕਰਕੇ, ਫਰਸ਼ ਧੋਣਾ, ਭਾਂਡੇ ਮੈਂ ਧੋਣਾ। ਹਾਂਜੀ, ਉਹਨੂੰ ਜਿੰਨਾ ਜੇ ਮੈਂ ਘੁੱਟ ਕੇ ਨਾ ਸਵਾਂ, ਮੈਨੂੰ ਨੀਂਦਰ ਹੀ ਨਹੀਂ ਪੈਂਦੀ ਹੈ ਮੇਰਾ ਅੰਦਰੋਂ ਦਿਲ। 3 ਦਿਨ ਮੈਂ ਰੋਟੀ ਨਹੀਂ ਖਾਧੀ ਹੈ, ਮੈਨੂੰ ਪਤਾ ਜਿਵੇਂ ਮੈਂ ਦਿਹਾੜੀਆਂ ਕੱਢੀਆਂ। ਝੋਨਾ ਰੋ ਕੰਮ ਕੋਈ ਹੱਲ ਕਰਨੇ ਆ ਹੁਣ ਲੋਕਾਂ ਕੇ ਦਲੀਲ।